करो नेत्र बंद, रीढ़ की हड्डी कर लो सीधी, दुनिया भुल जावे, केवल याद आवे प्यारा। ਜਾ ਹੁਰਨਾ ਨਾ ਹੋਵੇ ਧਿਆਨ ਵਾਹਿਗੁਰੂ ਸ਼ਬਦ ਜੋ ਜਪ ਰਹੇ ਉਹਨੂੰ ਸੁਣੋ ਜੋ ਜਪ ਰਹੇ ਉਹ ਸੁਣੋ ਹਰ ਜੇਠ ਜੁੜਨ
Bhai
ਪਾਤਨ ਜੇਠ ਦੇ ਮਹੀਨੇ ਦੀ ਤਾਕੀਦ ਕੀਤੀ ਹੈ ਜੀ। ਸਾਹਿਬ ਕਹਿੰਦੇ ਹਰ ਜੇਠ ਜੁੜਨ ਦਾ ਲੋੜੀ ਜਿਸ ਅੱਗੇ ਸਭ ਪਿਛਲੇ ਮਹੀਨੇ ਵੀ ਦਾਸ ਨੇ ਆਹ ਗੱਲ ਕਹੀ ਸੀ। ਤੁਸੀਂ ਬਾਰਾਂ ਮਾਂ ਪੜ੍ਹ ਲਓ। ਹਰ ਮਹੀਨੇ ਦੇ ਵਿੱਚ ਬਾਰਾਂ ਦੇ ਬਾਰਾਂ ਮਹੀਨੇ ਦੇ ਵਿੱਚ ਹੀ ਸਾਹਿਬ ਨੇ ਨਾਮ ਜਪਣ ਦੀ ਤਾਕੀਦ ਕੀਤੀ ਹੈ, ਸਤਿਗੁਰ ਦਾ ਸੰਗ ਕਰਨ ਦੀ ਤਾਕੀਦ ਕੀਤੀ ਹੈ, ਸਾਧੂ ਦਾ ਸੰਗ ਕਰਨ ਦੀ ਤਾਕੀਦ ਕੀਤੀ ਹੈ। ਹਰ ਦਿਨ, ਹਰ ਪਲ, ਹਰ ਘੜੀ ਤੂੰ ਸਾਈਂ ਦੀ ਯਾਦ ਚ ਗੁਜ਼ਾਰਨਾ ਹੈ। ਬਸ ਬੰਦੇ ਆ ਆਹੀ ਤਾਕੀਦਾਂ ਨੇ, ਤੈਨੂੰ ਆਹੀ ਤਾਕੀਦਾਂ ਨੇ ਧਿਆਨ ਦੇਣਾ। ਆ ਜੇਠ ਦਾ ਮਹੀਨਾ ਸ਼ੁਰੂ ਹੋਇਆ, ਬਾਰਾਂ ਮਾਹ ਦੀ ਵਿਚਾਰ ਹਰ ਮਹੀਨੇ, ਉਸ ਮਹੀਨੇ ਸ਼ਬਦ ਲੈ ਕੇ ਵਿਚਾਰ ਸਤਿਗੁਰੂ ਜੀ ਸਿਰ 'ਤੇ ਹੱਥ ਰੱਖ ਕੇ ਸੇਵਾ ਲਈਦੇ। ਸਾਹਿਬ ਕਹਿੰਦੇ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ। ਬੜੀ ਸੋਹਣੀ ਤਾਕੀਦ ਕੀਤੀ ਹੈ ਸਾਹਿਬ। ਕਹਿੰਦੇ ਉਹ ਸੱਜਣਾ, ਆ ਜੇਠ ਦੇ ਮਹੀਨੇ ਦੇ ਵਿੱਚ ਜੁੜਿਆ ਕਰ, ਤੇਰਾ ਜੁੜਨਾ ਬਣਦਾ ਹੈ। ਬਲਕਿ ਇਹ ਕਹਿਤਾ ਸਤਿਗੁਰ ਨੇ, ਆ ਮਨੁੱਖਾ ਦੇਈ ਤੈਨੂੰ ਮਿਲੀ ਹੈ, ਜੁੜਨ ਵਾਸਤੇ ਹੀ ਮਿਲੀ ਆ, ਆਪੋ ਸਤਨਾਮ ਜੁੜਨ ਵਾਸਤੇ ਹੀ। ਆ ਕਿਵੇਂ ਕਹਿੰਦੇ ਸਾਹਿਬ, ਹਰ ਜੇਠ ਜੁੜਨ ਦਾ ਲੋੜੀ ਹੈ, ਹਰ ਜੇਠ ਲੋੜੀ ਹੈ, ਹਰ ਜੇਠ ਜੁੜਨ ਦਾ ਲੋੜੀ ਹੈ, ਸਿਉਂ ਜੁਰੇ ਤਾਂ ਸਭ ਕੋ ਮੀਤ, ਹਰ ਸਿਉਂ ਜੁਰੇ ਤਾਂ ਸਭ ਕੋ ਮੀਤ, ਹਰ ਸਿਉਂ ਜੁਰੇ ਤਾਂ ਨਿਹ ਚਲ ਜੀਤ, ਹਰ ਸਿਉਂ ਜੁਰੇ ਤਾਂ ਨਿਹ ਚਲ ਜੀਤ। ਜਿੱਥੇ ਜੁੜਨ ਦੀ ਤਾਕੀਦ ਕੀਤੀ ਉੱਥੇ ਜੁੜਨ ਦਾ ਸਤਸੰਗ ਮਹੱਤਮ ਦੱਸਦੇ, ਮਹੱਤਮ ਕਹਿੰਦੇ ਤੇਰਾ ਜੁੜਨਾ
ਬਣਦਾ ਤੈਨੂੰ ਜੁੜਨਾ ਚਾਹੀਦਾ ਹਰ ਜੇਠ ਜੁੜਨਦਾ ਲੋੜੀਏ ਲੋੜੀਏ ਦਾ ਮਤਲਬ ਚਾਹੀਦਾ ਇਹ ਜੀਵਨ ਤੈਨੂੰ ਜੁੜਨ ਵਾਸਤੇ ਮਿਲੇ ਤੇ ਜਿਹਨਾਂ ਦੇ ਜੀਵਨ ਜੁੜ ਗਏ ਅੰਦਰੋਂ ਜੁੜ ਗਏ ਸਾਹਿਬ ਦੇ ਚਰਨਾਂ ਦੇ ਨਾਲ ਫਿਰ ਸਾਹਿਬ ਕਹਿੰਦੇ ਆ ਦੇਖੋ ਜੁੜੇ ਨੂੰ ਕੀ ਭਾਗ ਲੱਗਦੇ ਸਾਹਿਬ ਕਹਿੰਦੇ ਆ ਦੇਖੋ ਜੁੜੇ ਨੂੰ ਕੀ ਭਾਗ ਲੱਗਦੇ ਬੜੇ ਧਿਆਨ ਨਾਲ ਸੁਣੋ ਹਰ ਸਿਓ ਜੁਰੇ ਤਾਂ ਸਭ ਕੋ ਮੀਤ ਹਰ ਸਿਓ ਜੁਰੇ ਤਾਂ ਸਭ ਕੋ ਮੀਤ ਹਰ ਸਿਓ ਜੁਰੇ ਤਾਂ ਨੇਹ ਚੱਲ ਜੀਤ ਹਰ ਸਿਓ ਜੁਰੇ ਤਾਂ ਨੇਹ ਚੱਲ ਜੀਤ ਕਹਿੰਦੇ ਹਰ ਸਿਓ ਜੁਰੇ ਤਾਂ ਸਭ ਕੋ ਮੀਤ ਤੂੰ ਅੰਦਰੋਂ ਜੁੜਤਾ ਸਹੀ ਅੱਜ ਸਾਡਾ ਜੁੜਨਾ ਬਾਹਰਲਾ ਬਾਹਰਲਾ ਹੀ ਹੈ ਭੇਖ ਕਰਕੇ ਜੁੜ ਗਏ ਹਾਂ ਬਾਣੇ ਪਾ ਲਏ ਜਾਂਦੇ ਨੂੰ ਬਾਹਰਲੀ ਲਿਬਾਸ ਜਿਹੜਾ ਬਾਹਰਲਾ ਲਿਬਾਸ ਹੈ ਸਾਡਾ ਉਹ ਤਾਂ ਗੁਰਮੁਖਤਾ ਦੀ ਝਲਕ ਵਿਖਾਉਂਦਾ ਹੈ ਬਾਹਰਲਾ ਭੇਖ ਵੇਖ ਕੇ ਕੋਈ ਧੋਖਾ ਖਾ ਸਕਦਾ ਇਹ ਪੂਰਨ ਗੁਰਸਿੱਖ ਹੋਏਗਾ ਪਰ ਸਾਹਿਬ ਬਾਹਰਲੇ ਭੇਖ ਦੀ ਗੱਲ ਹੀ ਨਹੀਂ ਕਰਦੇ ਸਾਹਿਬ ਤਾਂ ਕਹਿੰਦੇ ਅੰਦਰੋਂ ਜੁੜ ਅੰਦਰੋਂ ਮਾਲਕ ਨੇ ਬਾਹਰੋਂ ਨਹੀਂ ਵੇਖਣਾ ਮਾਲਕ ਨੇ ਤੇਰੀ ਅੰਦਰਲੀ ਅਵਸਥਾ ਨੂੰ ਵੇਖਣਾ ਹਰ ਸਿਓ ਜੁਰੇ ਤਾਂ ਸਭ ਕੋ ਉਮੀਦ ਜਿਹੜਾ ਹਰੀ ਨਾਲ ਜੁੜ ਗਿਆ ਜਿਹਦੇ ਕਨੈਕਸ਼ਨ ਜੁੜ ਗਏ ਉਹ ਹਰੀ ਸੱਚੇ ਦੇ ਨਾਲ ਹਰੀ ਪਰਮਾਤਮਾ ਦੇ ਨਾਲ ਜਿਹਦੇ ਕਨੈਕਸ਼ਨ ਜੁੜ ਗਏ ਉਸ ਹਰੀ ਨੇ ਉਹਦਾ ਕੋਈ ਦੁਸ਼ਮਣ ਰਹਿਣ ਹੀ ਨਹੀਂ ਦੇਣਾ ਜਿਹੜਾ ਹਰੀ ਦੇ ਨਾਲ ਜੁੜਿਆ ਕੋ ਸਤ ਨਾ ਧਿਆਨ ਦੇਣਾ ਤੂੰ ਜਿੱਥੇ ਜਿੱਥੇ ਵੇਖੇਗਾ ਤੈਨੂੰ ਕੋਈ ਦੁਸ਼ਮਣ ਨਜ਼ਰ ਹੀ ਨਹੀਂ ਆਏਗਾ ਅਗਰ ਕੋਈ ਪੁਰਾਣੀ ਦੁਸ਼ਮਣੀ ਵੀ ਹੋਏਗੀ ਕੋਈ ਪੁਰਾਣੀ ਈਰਖਾ ਵੀ ਹੋਏਗੀ ਜਦੋਂ ਤੋਂ ਨਹੀਂ ਜੁੜਿਆ ਸੀ ਉਦੋਂ ਦੀ ਹੁਣ ਤੋਂ ਜੁੜ ਗਿਆ ਮੈਂ ਗੁਰੂ ਦੇ ਭਰੋਸੇ ਤੇ ਕਹਿੰਦਾ ਉਸ ਜੁੜੇ ਨੇ ਇਹ ਰੰਗ ਲਿਆ ਦੇਣਾ ਪੁਰਾਣੀ ਈਰਖਾ ਨੂੰ ਪੁਰਾਣੀ ਦੁਸ਼ਮਣੀ ਨੂੰ ਵੀ ਤੂੰ ਇਹ ਕਹੇਗਾ ਚੱਲ ਛੱਡ ਚਾਰ ਦਿਨ ਦੀ ਜ਼ਿੰਦਗੀ ਹੈ ਪਰ ਇਹਦੇ ਵਿੱਚ ਵੀ ਕੀ ਈਰਖਾ ਪਾਲੀ ਜਾਣੀ ਇਹਦੇ ਵਿੱਚ ਵੀ ਕੀ ਦੁਸ਼ਮਣੀ ਪਾਲੀ ਜਾਣੀ ਤੇਰਾ ਕੋਈ ਦੁਸ਼ਮਣ ਨਹੀਂ ਰਹਿ ਜਾਏਗਾ ਹਰ ਸਿਓ ਜੁੜੇ ਤਾਂ ਸਭ ਕੋ ਮੀਤ ਤੈਨੂੰ ਸਭ ਵਿੱਚ ਆਪਣਾ ਮਿੱਤਰ ਆਪਣਾ ਦੋਸਤ ਨਜ਼ਰ ਆਏਗਾ ਮਿੱਤਰਤਾ ਹੀ ਨਜ਼ਰ ਆਏਗੀ ਤੈਨੂੰ ਚਾਰੋਂ ਪਾਸੇ ਫਿਰ ਹਰ ਸਿਓ ਜੁੜੇ ਤਾਂ ਨਿਹ ਚਲ ਚੀਤ ਆਹ ਜਿਹੜਾ ਚਿੱਤ ਡੋਲਦਾ ਰਹਿੰਦਾ ਨਾ ਥੜਕਦਾ ਰਹਿੰਦਾ ਕਦੇ ਜੁੜ ਗਿਆ ਕਦੇ ਟੁੱਟ ਗਿਆ ਕਦੇ ਜੁੜ ਗਿਆ ਕਦੇ ਟੁੱਟ ਗਿਆ ਸਥਿਰਤਾ ਆ ਜਾਏਗੀ ਕਦੇ ਜੁੜ ਗਿਆ ਕਦੇ ਟੁੱਟ ਗਿਆ ਕਦੇ ਨਿਤਨੇਮ ਬਣ ਗਿਆ ਕਦੇ ਟੁੱਟ ਗਿਆ ਕਦੇ ਅੰਮ੍ਰਿਤ ਵੇਲਾ ਉੱਠ ਗਿਆ ਕਦੇ ਸੌ ਗਿਆ ਨਿੱਕੀ ਨਿੱਕੀ ਗੱਲਾਂ ਤੇ ਡੋਲ ਜਾਂਦਾ ਸੀ ਥਿੜਕ ਜਾਂਦਾ ਸੀ ਉਖੜ ਜਾਂਦਾ ਸੀ ਧਿਆਨ ਦੇਣਾ ਆ ਹਰ ਸਿਓ ਜੁੜੇ ਦਾ ਲਾਭ ਕੀ ਹੈ ਹਰ ਜੇਠ ਜੁੜਨ ਦਾ ਲੋਰੀਆ ਪਾਤਸ਼ਾਹ ਕਹਿੰਦੇ ਜੁੜਿਆ ਕਰ ਜੁੜਨ ਦੀ ਬਰਕਤ ਸੁਣ ਹਰ ਸਿਓ ਜੁੜੇ ਤਾਂ ਨਿਹਚਲ ਚੀਤ ਉਹ ਚਿੱਤ ਤੇਰਾ ਨਿਹਚਲ ਹੋ ਜਾਏਗਾ ਸਥਿਰ ਹੋ ਜਾਏਗਾ ਅਸਚਾਈ ਸਤਸੰਗ ਅੱਗੇ ਕੀ ਬਰਕਤ ਕਹਿੰਦੇ ਨੇ ਜੀ ਹਰ ਸਿਓ ਜੁੜੇ ਨਾ ਵਿਆਪੈ ਕਾਰਾ ਹਰ ਸਿਓ ਜੁੜੇ ਨਾ ਵਿਆਪੈ ਕਾਰਾ ਹਰ ਸਿਓ ਜੁੜੇ ਤਾਂ ਹੋਏ ਨਿਸਤਾਰਾ ਹਰ ਸਿਓ ਜੁੜੇ ਤਾਂ ਹੋਏ ਨਿਸਤਾਰਾ ਹਰ ਸਿਓ ਜੁੜੇ ਨਾ ਵਿਆਪੈ ਕਾਰਾ ਕਿਹੜਾ ਦੁੱਖ ਰਹਿ ਜਾਏਗਾ ਦੁੱਖ ਆਏਗਾ ਸਹੀ ਮਹਿਸੂਸ ਨਹੀਂ ਹੋਏਗਾ ਦਾਸ ਅਕਸਰ ਇਹ ਗੱਲ ਕਹਿੰਦਾ ਉਹ ਜ਼ਿੰਦਗੀ ਸਾਧ ਸੰਗਤ ਹੈ ਹੀ ਨਹੀਂ ਜਿਸ ਜ਼ਿੰਦਗੀ ਦੇ ਵਿੱਚ ਦੁੱਖ ਨਾ ਹੋਵੇ ਹਰ ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਨੇ ਪਰ ਜੁੜੇ ਦੀ ਇਹ ਮਹਾਨਤਾ ਬਣ ਜਾਂਦੀ ਹੈ ਜੁੜੇ ਦੀ ਇਹ ਮਹਿਮਾ ਬਣ ਜਾਂਦੀ ਹੈ ਜੁੜੇ ਦੀ ਇਹ ਬਰਕਤ ਪੈ ਜਾਂਦੀ ਹੈ ਕਿ ਉਹ ਦੁੱਖ ਉਹ ਸੁੱਖ ਅੰਦਰ ਹਿਲਾਉਂਦੇ ਨਹੀਂ ਆਪੋ ਸਤਨਾਮ ਹਰ ਸਿਓ ਜੁਰੇ ਨਾ ਵਿਆਪੈ ਕਾਰਾ ਹਰ ਸਿਓ ਨਾ ਵਿਆਪੈ ਕਾਰਾ ਕੋਈ ਦੁੱਖ ਤੈਨੂੰ ਪੋ ਨਹੀਂ ਸਕੇਗਾ
ਹਰ ਸਿਓ ਜੁਰੇ ਤਾਂ ਹੋਏ ਨਿਸਤਾਰਾ ਹਰ ਸਿਓ ਜੁਰੇ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਓ ਜੋਰ ਤੁਹਾਰ ਕਾਜ ਤੁਹਾਰ ਹੈ